ਸ਼ਹਿਜ਼ਾਦਾ ਮੇਰਾ ਭਤੀਜਾ ਆ ਗਿਆ ਚਾਚਾ ਕੀ ਹੋ ਨਹੀਂ ਓ ਜੱਜੀ ਬੱਬਰ ਸ਼ੇਰਾ ਤੂੰ ਆ ਗਿਆ ਨਾ ਓ ਚਾਚਾ ਮੈਂ ਆਇਆ ਪਿੰਡੋਂ ਮਫਰੂਰੀ ਕੱਟਣ ਵਾਸਤੇ ਓ ਗਲੀ ਚ ਪਹੁੰਚਿਆ ਤੇ ਇੱਕ ਗੱਲ ਦਾ ਮੈਨੂੰ ਪਤਾ ਲੱਗਾ ਜਿਹਦੇ ਨਾਲ ਮੈਨੂੰ ਬੜਾ ਦੁੱਖ ਹੋਇਆ ਵੇ ਓ ਕੀ ਓ ਤੂੰ ਮੁੰਡੇ ਦਾ ਵਿਆਹ ਕਰ ਲਿਆ ਮੈਨੂੰ ਦੱਸਿਆ ਹੀ ਨਹੀਂ ਓ ਮੈਨੂੰ ਆਪ ਨਹੀਂ ਪਤਾ ਲੱਗਾ ਓ ਨਹੀਂ ਚਾਚਾ ਜਿਆਦੀ ਕੀਤੀ ਆ ਤੂੰ ਮੇਰੇ ਓ ਕੀ ਓ ਵਿਆਹ ਚ ਕੁੱਤੇ ਵੀ ਖੁੱਲੇ ਫਿਰਨ ਲੈ ਬੜਾ ਕਰਮਾਰਾ ਵਿਆਹ ਵੀ ਕਿਸੇ ਬੰਦੇ ਨੂੰ ਨਿਕਾਰ ਹੀ ਨਹੀਂ ਉਹ ਪੁੱਤਰ ਨੇ ਆਪਣੀ ਮਰਜ਼ੀ ਕੀਤੀ ਏ ਵਿਆਹ ਕਿਦੋਂ ਹੋਇਆ ਇਹਦਾ ਉਹ ਬੈਠਾ ਸੋ ਬਦਲ ਚੜਨ ਕੀ ਹੋ ਗਿਆ ਉਹ ਨਹੀਂ ਬੋਲਾ ਮਾਨ ਪਤਾ ਨਹੀਂ ਲੱਗਾ ਤੈਨੂੰ ਕੁੜੀ ਦੇ ਕੇ ਨਹੀਂ ਦਿੱਤੀ ਪਤਾ ਨਹੀਂ ਕਿਸ ਕੁੱਤੇ ਨੇ ਦਿੱਤੀ ਇਹਨੂੰ ਭਾਈ ਲੈਣ ਚ ਲੱਗਾ ਹੋਵੇ ਤੈਨੂੰ ਕੋਈ ਲੰਗਰ ਨਹੀਂ ਦਿੰਦਾ ਤੂੰ ਕੁੜੀ ਤੈਨੂੰ ਕਿੰਨੇ ਦੇ ਦਿੱਤੀ ਉਹ ਤੂੰ ਨਹਿਰ ਤੇ ਖੜਾ ਹੋਵੇ ਤੈਨੂੰ ਕੋਈ ਧੱਕਾ ਨਹੀਂ ਦਿੰਦਾ ਉਹ ਤੂੰ ਸ਼ਕਰਕੰਦੀ ਲਵੇ ਅਗਲਾ ਨਾਲ ਪਲੇਟ ਨਹੀਂ ਦਿੰਦਾ ਉਹ ਲੋਟਾ ਹੋਵੇ ਬਾਥਰੂਮ ਚ ਬੈਠਾ ਹੋਵੇ ਤੈਨੂੰ ਕੋਈ ਲੋਟਾ ਨਹੀਂ ਦਿੰਦਾ ਤੈਨੂੰ ਜੁਰਤ ਕਿਵੇਂ ਹੋਈ ਹੈ ਵਾਕਈ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਇਹਨਾਂ ਨੇ ਨਾ ਉਹਨੇ ਸਾਰਿਆਂ ਦਾ ਗੱਡਰ ਖੋਲਿਆ ਹੋਣਾ ਖੁਸ਼ ਹੋ ਕੇ ਉਹਨਾਂ ਨੇ ਕੁੜੀ ਦੇਤੀ ਇਹੀ ਗੱਲ ਸੀ ਨਾ ਨਹੀਂ ਉਹਨਾਂ ਨੇ ਸਾਡੀ ਉਹਦੇ ਵੀ ਪਈ ਰਹਿਣੀ ਇਹੋ ਜੀ ਉਡੀ ਜਿਹੜੀ ਮਿਲੀ ਹੈ ਤੈਨੂੰ ਵੇਖ ਕੁੜੀ ਤੈਨੂੰ ਦੇ ਕੇ ਨਹੀਂ ਦਿੱਤੀ ਯਾਰ ਗੱਲ ਪਤਾ ਕੀ ਤੂੰ ਚੰਗਾ ਭਲਾ ਬਿਮਾਰ ਹੋਵੇਂ ਡਾਕਟਰ ਤੈਨੂੰ ਦਵਾਈ ਨਹੀਂ ਦਿੰਦਾ ਉਹ ਕਹਿੰਦਾ ਆਪੇ ਫਿੱਟ ਹੋ ਕੇ ਠੀਕ ਹੋ ਜਾਏਗਾ ਕੁੜੀ ਤੈਨੂੰ ਕਿੰਨੇ ਦੇਤੀ ਇਧਰੋਂ ਗਈ ਏ ਮੇਰਾ ਪਲਾਟ ਤੇ ਕਬਜ਼ਾ ਹੋਇਆ ਨੀਆਂ ਮੈਂ ਕੱਢੀਆਂ ਨੇ ਲੈਂਡਰ ਕੁੱਤੇ ਦਾ ਪੁੱਤਰ ਪਾਉਣ ਲੱਗਾ ਤੇਰਾ ਪਲਾਟ ਸੀ ਮੇਰਾ ਸੀ ਤੇ ਕਿਹੜਾ ਵੱਡਾ ਹੋਣਾ ਡੇਢ ਮਰਲੇ ਦਾ ਪਲਾਟ ਲੈ ਕੇ ਕਹਿੰਦਾ ਮੈਂ ਟਾਊਨ ਕੱਟਣ ਲੱਗਾ ਇੱਥੇ ਇਹਨੇ ਵੀ ਭਾਅ ਨੇ ਵੀ ਕਮਰਾ ਲਿਆ ਉੱਥੇ ਐ ਸਹੀ ਭੇਤੀ ਉਹ ਭਲਾ ਕਿਉਂ ਹੱਸ ਰਿਹਾ ਇਹਦੀਆਂ ਤਾਰਾਂ ਜੁੜ ਗਈਆਂ ਤਾਰਾਂ ਉਹਨੇ ਵੇਖਿਆ ਟਾਊਨ ਬੰਦਾ ਤੈਨੂੰ ਪੁੱਛਿਆ ਹੈ ਕਿੱਡੀਆਂ ਕਿ ਜਿਹੜੀਆਂ ਟੰਗੀ ਫਿਰਨਾ ਖੋਲ ਕੇ ਰੱਖ ਅੱਛਾ ਵੇਖੋ ਬੰਦੇ ਵਾਂਗੂ ਬਟਨ ਇਹਨੇ ਵੀ ਪੰਜ ਹੀ ਲਵਾਏ ਨੇ ਐ ਵੇਖ ਲਓ ਇਹ ਸ਼ੁਰੂ ਤੋਂ ਲੱਗਾ ਨਹੀਂ ਤੇ ਇਹ ਵੀ ਇੱਥੇ ਆ ਕੇ ਲੱਗਦਾ ਹੁੰਦਾ ਬੜੀ ਗੱਲ ਹੈ ਯਾਰ ਤੇਰੀ ਦੁਕਾਨਦਾਰ ਦੁਕਾਨਦਾਰ ਨੂੰ ਕਹਿੰਦਾ 4 ਸਾਲ ਦੇ ਬੱਚੇ ਦਾ ਸੂਟ ਵਿਖਾਓ ਤੇ ਲੈਣਾ ਆਪਣੇ ਲਈ ਸੇਲ ਉਹ ਕੀ ਆ ਕੀ ਤਕਲੀਫ ਆ ਵੇਖੋ ਗੁੱਟ ਕੋਣੀ ਮੋਢਾ ਗੁੱਟ ਕੋਣੀ ਮੋਢਾ ਜਿਹੜੇ ਸਰਗਮ ਨਹੀਂ ਸੀ ਗੁੱਟ ਕੋਣੀ ਮੋਢਾ ਗੁੱਟ ਕੋਣੀ ਮੋਢਾ ਗੁੱਟ ਕੋਣੀ ਗੁੱਟ ਗੁੱਟ ਕੋਣੀ ਮੋਢਾ ਗੁੱਟ ਕੋਣੀ ਗੁੱਟ ਕਰਕੇ ਤੇ ਬਤਾ ਚਾਚਾ ਜਦੋਂ ਪੈਦਾ ਹੋਇਆ ਨਾ ਅਰੇ ਮੇਰਾ ਕਜ਼ਨ ਆਇਆ ਲਓ ਜੀ ਅੱਜ ਫੇਰ ਨਾਣਾ ਪੈਣਾ ਜੀ ਕਿਉਂ ਮੈਂ ਤੇਰੇ ਤੇ ਥੁੱਕ ਦੇਣਾ ਮਫਰੂਰੀ ਕੱਟਣ ਆਇਆ ਪਹਿਲੇ ਮੈਂ ਫਸਲ ਕੱਟਣ ਆਇਆ ਸੀ ਪਿਛਲੀ ਵਾਰੀ ਤੇ ਜਾਂਦਾ ਤੂੰ ਸਾਡੀਆਂ ਰਜ਼ਾਈਆਂ ਕੱਟ ਗਿਆ ਸੀ ਉਹ ਤੂੰ ਹਾਰ ਪਾਇਆ ਗੱਟਰ ਚੋਂ ਸੁੱਕਾ ਨਿਕਲੇ ਪੁੱਤਰ ਮੇਰੇ ਗੋਡਿਆਂ ਗਿਟਿਆ ਹੀ ਬਹਿ ਗਿਆ ਤੂੰ ਨਾ ਗੋਡੇ ਤੇ ਬਈ ਕਿਉਂ ਲੋਕਾਂ ਨੇ ਕਹਿਣਾ ਤਿੰਨਾਂ ਗੋਡੇ ਵਾਲੀ ਕੁੜੀ ਲੈਣ ਦੀ ਇਹਨੂੰ ਫਰਿਸ਼ਤਾ 3 ਕਿਲੋ ਦੇਸੀ ਘਿਓ ਦੇ ਗਿਆ ਕਹਿੰਦਾ ਜਾਨ ਬਣਾ ਮੈਂ ਕੱਢਣ ਆਉਣਾ ਹੀ ਫਰਿਸ਼ਤਾ ਇਹਦੀ ਵੀ ਜਾਨ ਕੱਢਣ ਆਇਆ ਅੱਛਾ ਇਹ ਉਹਦੇ ਤੋਂ ਪਹਿਲੇ ਕੱਢ ਕੇ ਬੈਠਾ ਸੀ ਇਹ ਤਾਂ ਸਾਲਾ ਹੈ ਚਵਲ ਚੋਰੀਆਂ ਕਰਦੇ ਪਿੰਡ ਅੱਛਾ ਚੋਰੀ ਕਰਕੇ ਦੌੜਿਆ ਵੀ ਪੂਰਾ ਪਿੰਡ ਦੇ ਮਗਰ ਦੌੜ ਕੇ ਦਰਖਤ ਤੇ ਚੜ ਗਿਆ ਸਾਰਾ ਪਿੰਡ ਥੱਲੇ ਖਲੋਤਾ ਉੱਤੇ ਸ਼ਰਮਿੰਦਾ ਤੇ ਨਹੀਂ ਹੋਇਆ ਕਹਿੰਦਾ ਚਲੇ ਆਪਣੇ ਆਪਣੇ ਘਰ ਕਦੀ ਚੋਰ ਨਹੀਂ ਵੇਖਿਆ
ਵੀ ਪਿੰਡ ਚੋਰੀ ਕੀਤੀ, ਇਹਨੂੰ ਫੜ ਲਿਆ, ਇਹਦਾ ਮੂੰਹ ਚਿੱਟਾ ਕਰਕੇ ਖੋਤੇ ਤੇ ਪਾਇਆ, ਇਹਨੇ ਫਿਰ ਪਿੰਡ ਚੋਰੀ ਕੀਤੀ, ਉਹਨਾਂ ਨੇ ਮੂੰਹ ਕਾਲਾ ਕਰਕੇ ਖੋਤੇ ਤੇ ਪਾ ਕੇ ਪੂਰੇ ਪਿੰਡ ਦਾ ਚੱਕਰ ਲਵਾਇਆ। ਜਦੋਂ ਗਲੀ ਘੁਲ ਲੰਘੇ ਨਾ, ਇਹਦੀ ਮਾਂ ਬਾਹਰ ਖਲੋ ਕੇ ਰੋਣ ਪਈ, ਕਹਿੰਦਾ ਰੋਣੀ ਕਿਉਂ, ਜਾ ਕੇ ਚਾਹ ਬਣਾ, ਦੋ ਤਾਂ ਗਲੀਆਂ ਰਹਿ ਗਈਆਂ। ਰਾਸ਼ਨ ਕੁਮਾਰ ਬਹਾਦਰੀ ਕੋਈ ਨੀ, ਕੀ ਇਹਨੂੰ ਕੀ ਵੇਖੀ, ਜਨਾਜ਼ੇ ਤੇ ਗਿਆ ਚਵਲ, ਉੱਥੋਂ ਵੀ ਚਿੱਤਰ ਪਏ, ਉਹਨਾਂ ਨੇ ਮੁਰਦਾ ਕਬਰ ਚਲਾਇਆ। ਇੱਕ ਬੰਦਾ ਕਹਿੰਦਾ ਭਾਜੀ ਮੂੰਹ ਇਹਨੂੰ ਕਰ ਦਿਓ, ਕਹਿੰਦਾ ਕਿਉਂ ਜੀ ਕੋਈ ਗੱਲ ਕਰਨੀ, ਤੇ ਉਹਨੇ ਜਿਹੜਾ ਜਨਾਜ਼ੇ ਤੋਂ ਤਰੀਲ ਕਰਾਇਆ ਉਹ ਨੀ ਪਤਾ ਕੀ ਕਰਾਇਆ ਜੀ, ਫਿਰ ਗਿਆ ਜਨਾਜ਼ੇ ਤੇ ਰਾਤ ਦਾ ਜਨਾਜ਼ਾ, ਮੈਂ ਕਿਹਾ ਤੂੰ ਗੈਸ ਫੜ ਕੇ ਅੱਗੇ ਜਾ, ਸਾਨੂੰ ਰਸਤਾ ਨਜ਼ਰ ਆਏਗਾ, ਇਹ ਗੈਸ ਫੜ ਕੇ ਅੱਗੇ ਜਾ ਰਿਹਾ, ਪਿੱਛੇ ਜਨਾਜ਼ਾ ਆ ਰਿਹਾ, ਅੱਗੇ ਐਡੀ ਕੁ ਨਾਲੀ ਆ ਗਈ, ਨਾਲੀ ਨੀ ਟੱਪੀ ਗਈ, 2 ਕਿਲੋਮੀਟਰ ਦਾ ਵਾਲਾ ਪਵਾਤਾ, ਕਹਿੰਦਾ ਉੱਤੋਂ ਦੀ ਆਓ ਸਾਰੇ, ਮੁਰਦਾ ਵਿਚਾਰਾ ਉੱਠ ਕੇ ਬਹਿ ਗਿਆ, ਭਾਜੀ ਕਬਰਸਤਾਨ ਦੂਰ ਹੈ ਤੇ ਮੈਂ ਕੱਲ੍ਹ ਚਲਾ ਜਾਣਾ, ਜਦੋਂ ਪੈਦਾ ਹੋਇਆ ਛੋਟਾ ਜਿਹਾ ਬੱਚਾ, ਕੁਥਰੇ ਕੁਦਾਈ ਲੈਣਾ ਇਹ ਬੱਚਾ, ਵੇਖ ਕੇ ਕਹਿੰਦੇ ਬੀਬੀ ਪੂਰਾ ਜੰਮ ਲਓ, ਅਸੀਂ ਬੈਠੇ ਇਹ ਆਪਣੇ ਭਾਣਜੇ ਨੂੰ ਲੈ ਕੇ ਸੜਕ ਤੇ ਗਿਆ ਤੇ ਡਾਵੇ ਵਾਲੇ ਵਿਚਾਰਾ ਰੋਕੋ, ਸੜਕ ਵਾਲੀ ਗੱਲ ਨਹੀਂ, ਕਿਹੜੀ ਕੀ ਹੈ ਸੜਕ ਵਾਲੀ, ਇਹਦੇ ਵਿੱਚ ਰੌਲਾ ਕਾਹਦਾ, ਜਿਹੜੀ ਮਰਜ਼ੀ ਹੋਵੇ, ਬਾਥਰੂਮ 'ਚ ਬੈਠਾ ਲੋਟੇ ਨਾਲ ਦੁੱਖ ਸੁੱਖ ਬੋਲਦਾ, ਨਾ ਤੂੰ ਵੱਡਾ ਹੋਇਆ ਨਾ ਮੈਂ ਹੀ ਹੋਇਆ, ਤੇਰੀ ਟੂਟੀ ਵੱਡੀ ਆ ਵੈਸੇ, ਇਹ ਗੱਲ ਸੀ ਆਪਣੀ ਸਿਹਤ ਵੇਖ ਲਾ, ਸਾਲੇ ਆਪਣੀ ਗੱਲਾਂ ਵੇਖ ਲਾ, ਏਡੇ ਮਾੜੇ ਬੰਦੇ ਨੂੰ ਪੁੱਛਣਾ ਭਾਜੀ ਕੀ ਗੱਲ, ਬੜਾ ਥੱਕੇ ਹੋ, ਕੇਲਾ ਛਿਲ ਬੈਠਾ, ਸ਼ਵਾਰਮਾ ਪੈਕ ਕਰ ਰਿਹਾ ਤੇ ਉਹ ਕਿਤੇ ਦੂਸਰੀ, ਉਹ ਵੀ ਨੰਗੇ ਛੱਡ ਦੇ, ਉਹ ਵੀ ਨੰਗੇ ਛੱਡ ਦੇ, ਅੱਛਾ ਉਹ ਵੀ ਅੱਗੇ ਹਨਾ, ਦੂਸਰੀ ਆ ਤੀਸਰੀ, 3 ਵਿਕਟਾਂ ਨਾਲ ਖੜੀਆਂ ਕਰਕੇ ਕਹਿੰਦਾ ਸੀ 4 ਭਰਾ ਵਾਂ, ਜਦੋਂ ਚੱਲਣ ਹੀ ਨਹੀਂ ਦੇਣੀ, ਇਹਨਾਂ ਦੇ ਮੱਲਣਾ ਇੱਕ ਬੰਦੇ ਦੇ ਮੱਥੇ ਤੇ ਵਾਲੀ, ਜਿਹੜੀ ਹਾਸੇ ਵਾਲੀ, ਆ ਹਾਸੇ ਉਹ ਹਾਸੇ, ਹੋਰ ਮੈਂ ਇੱਥੇ ਫੌਤ ਕੀ ਸੁਣਾਉਂਦੇ ਆ, ਗੱਲ ਕਰਨ ਵਾਲੀ ਹੈ ਮਿੱਠੇ ਵਾਲੀ ਨਾ, ਇਹਨਾਂ ਦੇ ਮੱਲਣਾ ਮਿੱਠੇ ਵਾਲੀ, ਇੱਕ ਬੰਦੇ ਨਾ ਬਾ 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 ਲੈ ਵੀ ਵਾਰੀ ਸਰ ਠੀਕ ਹੈ ਨਾ, ਇਹ ਕਰ ਦੇ ਲੈ ਜੀ ਵਾਰੀ ਫਿਰ ਤੇਰੀ ਵਾਰੀ ਠੀਕ ਹੈ ਨਾ, ਹੁਣ ਮੇਰੀ ਵਾਰੀ ਮਿੱਠੇ ਵਾਲੇ ਨੂੰ ਕਹਿੰਦਾ ਮਿੱਠਾ ਕਿੰਨੇ ਦੇ ਦਰਜਨ, ਕਹਿੰਦਾ 70 ਰੁਪਏ ਦੇ, ਕਹਿੰਦਾ 35 ਲਾ ਲਾ, ਕਹਿੰਦਾ ਵੀ ਚੁੱਪੇ ਹੋਏ ਚੂਪ ਲਾ, ਹੁਣ ਮੇਰੀ ਵਾਰੀ ਨਹੀਂ, ਇਹਦੇ ਸਾਹਮਣੇ ਇੱਕ ਬੰਦਾ ਸ਼ਵਾਰਮਾ ਪੈਕ ਕਰ ਰਿਹਾ, ਨਹੀਂ ਫੌਤਗੀ ਵਾਲੀ ਆ, ਹੈ ਇੱਥੇ ਮੈਂ ਕੀ ਸੁਣਾਉਂਦੇ ਆ, ਹੈ ਗੱਲ ਕਰਨ ਵਾਲੀ, ਹਾਸੇ ਵਾਲੀ ਨਹੀਂ, ਗੱਲ ਤੋਂ ਪਹਿਲਾਂ ਹੀ ਇੰਨਾ ਮਜ਼ਾ ਆ ਰਿਹਾ ਹਾਲੇ ਅੱਗੇ, ਇਹਦੇ ਸਾਹਮਣੇ ਇੱਕ ਬੰਦਾ ਸ਼ਵਾਰਮਾ ਪੈਕ ਕਰ ਰਿਹਾ, ਇੱਕ ਬੰਦਾ
ਜਿਹੜਾ ਸ਼ਵਾਰਮਾ ਪੈਕ ਕਰ ਰਿਹਾ ਤੇ ਖਲੋਤਾ ਆ ਹਾ ਯਾਰ ਸਹੀ ਗੱਲ ਕਰੀ ਦੀ ਲੰਘ ਗਿਆ ਵੀ ਕਿ ਲੰਘ ਗਈ ਛੱਡ ਦੇ ਇਹ ਗੱਟਰ ਦਾ ਢੱਕਣ ਚੁੱਕ ਕੇ ਅੱਗ ਕਿਉਂ ਲਾਉਂਦੇ ਉਠਾ ਐਡਾ ਕੁ ਮਾੜਾ ਬੱਚਾ ਜੰਮਿਆ ਬਈ ਡਾਕਟਰ ਨੂੰ ਜਾ ਕੇ ਨਾ ਮੇਰੇ ਖੱਬੇ ਬਾਂਹ ਦੇ ਫਲਜ ਹੋ ਗਿਆ ਉਹਨੇ ਗੌਰ ਕੀਤਾ ਘੜੀ ਲਾਈ ਤੇ ਬਾਂਹ ਨਹੀਂ ਤਾਂ ਹੁੰਦੀ ਮੁਰਦਾ ਉੱਠ ਕੇ ਬਹਿ ਗਿਆ ਕਹਿੰਦਾ ਮੰਜੇ ਦਾ ਭਾਵਾ ਟੁੱਟ ਗਿਆ